सब्सक्राइब करो NC7 न्यूज नू ते लेटेस्ट अपडेट पाने लिए प्रेस करो बेल आइकन। ਬੰਕਾ ਵੱਲੋਂ ਰੀਐਡਮਿਸ਼ਨ ਅਤੇ ਹੋਰ ਫਾਲਤੂ ਖਰਚਿਆਂ ਦੇ ਨਾਂ ਤੇ ਹਰ ਸਾਲ ਵਿਦਿਆਰਥੀਆਂ ਦੇ ਮਾਪਿਆਂ ਦੀ ਭਾਰੀ ਲੁੱਟ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਰਹਿੰਦੀ ਕਸਰ ਸਕੂਲ ਪ੍ਰਬੰਧਕਾਂ ਵੱਲੋਂ ਕਥਿਤ ਤੌਰ ਤੇ ਮੋਟਾ ਕਮਿਸ਼ਨ ਲੈਣ ਲਈ ਕਿਤਾਬਾਂ ਖਰੀਦਣ ਲਈ ਨਿਰਧਾਰਿਤ ਕੀਤੀ ਜਾਂਦੀ ਇੱਕੋ ਦੁਕਾਨ ਦੇ ਮਾਲਕ ਕਿਤਾਬਾਂ ਦੀ ਨਿਰਧਾਰਿਤ ਕੀਮਤ ਤੋਂ ਵੱਧ ਕੀਮਤ ਵਸੂਲ ਕੇ ਕਰ ਦਿੰਦੇ ਨੇ। ਸਕੂਲ ਪ੍ਰਬੰਧਕਾਂ ਅਤੇ ਕਿਤਾਬਾਂ ਦੀਆਂ ਦੁਕਾਨਾਂ ਦੇ ਪ੍ਰਬੰਧਕਾਂ ਵੱਲੋਂ ਹਰ ਸਾਲ ਵਿਦਿਆਰਥੀਆਂ ਦੇ ਮਾਪਿਆਂ ਦੀਆਂ ਜੇਬਾਂ ਤੇ ਮਾਰੇ ਜਾਂਦੇ ਇਸ ਡਾਕੇ ਦੇ ਪ੍ਰਤੀ ਲੋਕਾਂ ਵੱਲੋਂ ਆਵਾਜ਼ ਬੁਲੰਦ ਕੀਤੀ ਗਈ ਹੈ। ਜ਼ੀਰਾ ਸ਼ਹਿਰ ਵਿੱਚ ਵੀ ਮਿਲੀਆਂ ਜਿਹੀਆਂ ਸ਼ਿਕਾਇਤਾਂ ਨੂੰ ਲੈ ਕੇ ਹਲਕਾ ਜ਼ੀਰਾ ਦੇ ਵਿਧਾਇਕ ਕੁਲਵੀਰ ਸਿੰਘ ਜ਼ੀਰਾ ਨੇ ਕੁਝ ਸਕੂਲ ਪ੍ਰਬੰਧਕਾਂ ਵੱਲੋਂ ਇੱਕ ਦੁਕਾਨਦਾਰ ਨੂੰ ਹੀ ਕਿਤਾਬਾਂ ਵੇਚਣ ਲਈ ਦਿੱਤੇ ਹੋਏ ਏਕਾਧਿਕਾਰ ਦੇ ਚਲਦੇ ਉਸ ਵੱਲੋਂ ਕਿਤਾਬਾਂ ਵੇਚਣ ਲਈ ਵਿਦਿਆਰਥੀਆਂ ਦੇ ਮਾਪਿਆਂ ਦੀ ਕੀਤੀ ਜਾ ਰਹੀ ਅੰਨੀ ਲੁੱਟ ਦਾ ਗੰਭੀਰ ਨੋਟਿਸ ਲੈਂਦੇ ਹੋਏ ਸਿੱਖਿਆ ਮੰਤਰੀ ਪੰਜਾਬ ਸ੍ਰੀ ਵਿਜੇਂਦਰ ਸਿੰਗਲਾ ਨੂੰ ਇੱਕ ਪੱਤਰ ਲਿਖਿਆ ਹੈ। ਲਿਖੇ ਗਏ ਪੱਤਰ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕਿ ਜਿਸ ਤਰ੍ਹਾਂ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਨੂੰ ਲਾਕਡਾਊਨ ਦੇ ਚਲਦਿਆਂ ਫੀਸਾਂ ਲੈਣ ਲਈ ਵਿਦਿਆਰਥੀਆਂ ਦੇ ਮਾਪਿਆਂ ਨੂੰ ਮਜਬੂਰ ਨਾ ਕੀਤੇ ਜਾਣ ਦੀ ਹਦਾਇਤ ਕੀਤੀ ਹੈ, ਇਸੇ ਤਰ੍ਹਾਂ ਹੀ ਪ੍ਰਾਈਵੇਟ ਸਕੂਲ ਪ੍ਰਬੰਧਕਾਂ ਵੱਲੋਂ ਇੱਕ ਹੀ ਦੁਕਾਨ ਸੰਚਾਲਕ ਨੂੰ ਕਿਤਾਬਾਂ ਵੇਚਣ ਦੇ ਦਿੱਤੇ ਗਏ ਏਕਾਧਿਕਾਰ ਨੂੰ ਤੋੜਨ ਲਈ ਕਿਤਾਬਾਂ ਦਾ ਮੁੱਲ ਨਿਰਧਾਰਿਤ ਕਰਨ ਲਈ ਕਮੇਟੀਆਂ ਬਣਾਈਆਂ ਜਾਣ ਅਤੇ ਇੱਕ ਤੋਂ ਵੱਧ ਦੁਕਾਨਦਾਰਾਂ ਨੂੰ ਕਿਤਾਬਾਂ ਵੇਚਣ ਦੇ ਅਧਿਕਾਰ ਦਿੱਤੇ ਜਾਣ ਤਾਂ ਜੋ ਵਿਦਿਆਰਥੀਆਂ ਦੇ ਮਾਪਿਆਂ ਨੂੰ ਲਾਕਡਾਊਨ ਦੇ ਦੌਰਾਨ ਲੁੱਟ ਤੋਂ ਬਚਾਇਆ ਜਾ ਸਕੇ। ਸਿੰਗਲਾ ਸਾਹਿਬ ਨੂੰ ਇੱਕ ਚਿੱਠੀ ਲਿਖੀ ਹੈ। ਮੈਂ ਕਿਹਾ ਸਿੰਗਲਾ ਸਾਹਿਬ ਜਿਹੜਾ ਕੈਪਟਨ ਅਮਰਿੰਦਰ ਸਿੰਘ ਜੀ ਨੇ ਔਰ ਸਿੰਗਲਾ ਸਾਹਿਬ ਨੇ ਔਰ ਜੋ ਸਾਡੇ ਕ੍ਰਿਸ਼ਨ ਕੁਮਾਰ ਜੋ ਸਾਡੇ ਐਜੂਕੇਸ਼ਨ ਦੇ ਸਕੱਤਰ ਨੇ ਜੋ ਇਹਨਾਂ ਨੇ ਫੈਸਲਾ ਲਿਆ ਸੀਗਾ ਕਿ ਚਾਹੇ ਐਡਮਿਸ਼ਨ ਫੀਸ ਆ ਚਾਹੇ ਕੋਈ ਵੀ ਫੀਸ ਆ ਉਸ ਇਹਨਾਂ ਬੱਚਿਆਂ ਤੋਂ ਲੋਕਡਾਊਨ ਦੇ ਵਿੱਚ ਜਿਹੜੀ ਉਹ ਨਹੀਂ ਲਈ ਜਾਊਗੀ। ਪਰ ਉਹਦੇ ਨਾਲ ਨਾਲ ਇੱਕ ਮਾਮਲਾ ਮੇਰੇ ਧਿਆਨ 'ਚ ਆਇਆ ਔਰ ਮੈਂ ਸਿੰਗਲਾ ਸਾਹਿਬ ਨੂੰ ਇੱਕ ਲੈਟਰ ਲਿਖੀ ਆ ਔਰ ਉਹਨਾਂ ਦੇ ਧਿਆਨ 'ਚ ਲਿਆਂਦਾ ਔਰ ਉਹਨਾਂ ਨੇ ਇਨਕੁਆਇਰੀ ਜਿਹੜੀ ਉਹ DO ਫਿਰੋਜ਼ਪੁਰ ਨੂੰ ਮਾਰਕ ਕਰ ਦਿੱਤੀ ਹੈ ਕਿ ਉਹਨਾਂ ਸਕੂਲਾਂ ਦੇ ਉੱਤੇ ਸ਼ਿਕੰਜਾ ਕੱਸਿਆ ਜਾਵੇ ਜਿਹੜੇ ਪ੍ਰਾਈਵੇਟ ਸਕੂਲ ਜਿਹੜੇ ਲੁੱਟ ਦਾ ਅੱਡਾ ਬਣੇ ਨੇ। ਅੱਜ ਇਸ ਮਾੜੇ ਸਮੇਂ 'ਚ ਲੋਕਾਂ ਕੋਲ ਖਾਣ ਨੂੰ ਕੋਈ ਆਰਥਿਕ ਜਿਹੜੀ ਤੰਗੀ ਜਿਹੜੀ ਆਈ ਹੋਈ ਨੇ ਔਰ ਜਿਹਦੇ ਕਰਕੇ ਖਾਣਾ ਖਾਣਾ ਵੀ ਬੜਾ ਜਿਹੜਾ ਮੁਸ਼ਕਲ ਹੋਇਆ ਪਿਆ। ਪਰ ਇਹਨਾਂ ਸਕੂਲਾਂ ਵਾਲਿਆਂ ਨੂੰ ਮੈਂ ਵਾਰਨਿੰਗ ਦੇਣਾ ਚਾਹੁੰਦਾ ਹਾਂ ਕਿ ਤੁਸੀਂ ਵੀ ਥੋੜ੍ਹਾ ਜਿਹਾ ਸੁਧਰੋ ਕਿਉਂਕਿ ਮੈਨੂੰ ਬਹੁਤ ਕੰਪਲੇਂਟਸ ਆ ਰਹੀਆਂ ਨੇ ਜ਼ੀਰੇ ਹਲਕੇ ਦੇ ਵਿੱਚੋਂ ਹੀ ਔਰ ਮੈਂ ਅੱਜ ਫੇਸਬੁੱਕ 'ਤੇ ਵੀ ਪਾ ਰਿਹਾ ਵਾਂ ਕਿ ਜਿਹਨੂੰ ਵੱਧ ਰੇਟ ਲੱਗੇ ਨੇ ਜਾਂ ਜਿਹੜੇ ਜਿਹੜੇ ਬੁੱਕ ਸ਼ੌਪ ਵਾਲੇ ਨੇ ਵੱਧ ਰੇਟ ਲਾਏ ਨੇ ਉਹਨਾਂ ਦੇ ਬੰਦ ਦੀ ਕਾਰਵਾਈ ਔਰ ਉਹਨਾਂ ਸਕੂਲਾਂ 'ਤੇ ਬੰਦ ਦੀ ਕਾਰਵਾਈ ਕੀਤੀ ਜਾਊਗੀ। ਔਰ ਸਿੰਗਲਾ ਸਾਹਿਬ ਦਾ ਮੈਂ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਜਲਦੀ ਉਹਨਾਂ ਸਕੂਲਾਂ ਦੇ ਬੁੱਕ ਸਟੋਰਾਂ ਦੇ ਉੱਤੇ ਜਿਹੜੀ ਬੰਦ ਦੀ ਕਾਰਵਾਈ ਅਸੀਂ ਕਰਾਂਗੇ।